ਤੇ ਮੇਰੇ ਖੱਬੇ ਪਾਸੇ ਕਬੱਡੀ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਸਹਿਲ ਅਨਵਰ ਗੋਂਦਲ ਜੀ ਅੱਜ ਦੀ ਪੰਜਾਬੀ ਅਨਰਖੇ ਕਬੱਡੀ ਦੀ ਆਏਗੀ ਖੇਡ ਕਬੱਡੀ ਫੁਰਤੀ ਦਾ ਕੰਮ ਭਿੜਨਾ ਝੋਟੇ ਦਾ ਤੰਦਰੁਸਤੀ ਦੀ ਕੁਸ਼ਤੀ ਸੁੱਚਾ ਸਾਥ ਲੰਗੋਟੇ ਦਾ ਜਿਹੜਾ ਸੁੱਚਾ ਲੰਗੋਟੇ ਦਾ ਪਾਕ ਸਾਫ ਹੋਏਗਾ ਉਹੀ ਹਮੇਸ਼ਾ ਦਿਲਾਂ ਦੇ ਉੱਤੇ ਰਾਜ ਕਰੇਗਾ ਤੇ ਦਿਲਾਂ ਦੇ ਉੱਤੇ ਰਾਜ ਕਰਨ ਵਾਲਾ ਸਹਿਲ ਅਨਵਰ ਗੋਂਦਲ ਮੈਂ ਮੇਰਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਅੱਜ ਰਹਿਮਾਨੀ ਨਿਊਜ਼ ਦੇ ਕੈਮਰੇ ਦੇ ਸਾਹਮਣੇ ਖਲੋ ਕੇ ਤੇ ਸਹਿਲ ਅਨਵਰ ਦਾ ਜਿਹਨੂੰ ਤੁਸੀਂ ਟੀਵੀ ਤੇ ਵੇਖਦੇ ਹੋ ਸੋਸ਼ਲ ਮੀਡੀਆ ਤੇ ਵੇਖਦੇ ਹੋ ਉਹਦਾ ਇੰਟਰਵਿਊ ਕਰ ਰਿਹਾ ਜਨਾਬ ਸਹਿਲ ਅਨਵਰ ਗੋਂਦਲ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਬਾਰੇ ਕੋਈ ਗੱਲ ਸਾਂਝੀ ਕਰੋ ਵੈਲਕਮ ਰਹਿਮਾਨੀ ਨਿਊਜ਼ ਦੀ ਤਮਾਮ ਟੀਮ ਨੂੰ ਮੇਰੀ ਤਰਫੋਂ ਵੈਲਕਮ ਔਰ ਮੈਂ ਰਹਿਮਾਨੀ ਨਿਊਜ਼ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਸਾਡੇ ਜਿੰਨੇ ਵੀ ਪ੍ਰੋਗਰਾਮ ਨੂੰ ਇਹਨਾਂ ਨੇ ਸੋਸ਼ਲ ਮੀਡੀਆ ਤੇ ਸਾਡੇ ਨਾਜ਼ਰੀਨ ਨੂੰ ਵਿਖਾਉਂਦੇ ਨੇ ਔਰ ਅੱਜ ਜਿਹੜਾ ਸੀ ਇੰਟਰਨੈਸ਼ਨਲ ਪੰਜਾਬੀ ਕੌਂਸਲ ਗਜ਼ਾਫੀ ਸਟੇਡੀਅਮ 'ਚ ਸਾਰੇ ਦੋਸਤ ਬਾਬ ਇਕੱਠੇ ਹੋਏ ਹਾਂ ਇੱਥੇ ਇਕੱਠੇ ਹੋਣੇ ਦਾ ਮਕਸਦ ਇਹ ਹੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਜ਼ਬਾਨ ਜਿਹੜੀ ਪੰਜਾਬੀ ਹੈ ਉਸ ਨੂੰ ਪ੍ਰਮੋਟ ਕਰੀਏ ਪੂਰੀ ਦੁਨੀਆ ਵਿੱਚ ਜਿਸ ਤਰ੍ਹਾਂ ਸਾਡੀ ਕਬੱਡੀ ਮਾਂ ਖੇਡ ਕਬੱਡੀ ਹੈ ਮਾਸ਼ਾਅੱਲਾ ਪੂਰੀਆਂ ਗਰਾਊਂਡਾਂ ਵਿੱਚ ਅਸੀਂ ਆਪਣੀ ਮਾਂ ਬੇਟ ਖੇਡ ਕਬੱਡੀ ਨੇ ਇੰਡੀਆ ਵਿੱਚ ਪਾਕਿਸਤਾਨ 'ਚ ਪੂਰੀ ਦੁਨੀਆ ਵਿੱਚ ਉਸ ਦੇ ਮੈਚ ਖੇਲ ਕੇ ਉਜਾਗਰ ਕੀਤਾ ਇਸ ਤਰ੍ਹਾਂ ਹੀ ਅਸੀਂ ਪੰਜਾਬੀ ਬੋਲੀ ਜਿਹੜੀ ਹੈ ਇਹ ਵੀ ਸਾਂਝੀ ਕਰੀਏ ਭਾਵੇਂ ਅਸੀਂ ਉਰਦੂ ਸਾਡੀ ਕੌਮੀ ਜ਼ਬਾਨ ਹੈ ਲੇਕਿਨ ਅਸੀਂ ਜਿਹੜੇ ਪੰਜਾਬੀ ਹੈ ਨਿੱਕੇ ਹੁੰਦੇ ਅਸੀਂ ਪੰਜਾਬੀ ਬੋਲੀਏ ਔਰ ਪੰਜਾਬੀ ਸਾਡੇ ਵਾਲਦਿਆਂ ਸਾਨੂੰ ਸਿਖਾਈ ਔਰ ਸਨ ਦੁਨੀਆ ਦੇ ਕਿਸੇ ਵੀ ਪਲੇਟਫਾਰਮ 'ਤੇ ਪੰਜਾਬੀ ਬੋਲਣ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਸਾਨੂੰ ਖੁਸ਼ੀ ਫੀਲ ਹੁੰਦੀ ਹੈ ਹਾਂਜੀ ਨਾਜ਼ਰੀਨ ਕਬੱਡੀ ਦੀ ਗੱਲਬਾਤ ਤੁਸੀਂ ਸੁਣੀ